एनजेड पंजाबी न्यूज़ देख रहे तमाम दर्शकों का मैं हरसिमरन कौर साड़ी इस खास रिपोर्ट दे विच स्वागत करती हाँ। बीते दिनी भारत अते ऑस्ट्रेलिया विचाले खेडे जा रहे टैसट मैच दौरान दर्शकों द्वारा भारतीय गेंदबाज जसप्रीत बुमराह अते मोहम्मद सिराज खिलाफ नस्ली शब्दावली वरती गई। कुछ दर्शकों ने तंज कसिया अते उन्हां नूं बांदर दे नाम नाल संबोधित किया। दस दईए कि 10 जनवरी नूं होई घटना तो पहला मैच दे तीसरे दिन यानी शनिवार नूं भी बुमराह अते सिराज उत्ते नस्ली टिप्पणियां कीतियां गईयां सन। सिराज ते मुड़ नस्ली टिप्पणियां करदिआं उन्हां नूं ब्राउन डॉग अते बिग मंकी कहा गया अते बुमराह ते भी अजिहियां टिप्पणियां होईयां। ਖਿਡਾਰੀਆਂ ਵੱਲੋਂ ਐਮਪਾਇਰ ਕੋਲ ਜਾਣ ਕਾਰਨ ਖੇਡ ਲਗਭਗ 8 ਮਿੰਟ ਲਈ ਰੋਕਿਆ ਗਿਆ ਅਤੇ ਦਰਸ਼ਕਾਂ ਵਿੱਚੋਂ 6 ਜਣਿਆਂ ਦੇ ਇੱਕ ਦਰਸ਼ਕ ਸਮੂਹ ਨੂੰ ਸਟੇਡੀਅਮ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਅਜਿੰਕਿਆ ਰਹਾਣੇ ਅਤੇ ਮੁਹੰਮਦ ਸਿਰਾਜ ਨੇ ਐਮਪਾਇਰ ਕੋਲ ਪਹੁੰਚ ਕੇ ਆਪਣੇ ਖਿਲਾਫ ਨਸਲੀ ਟਿੱਪਣੀਆਂ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪਹਿਲਾਂ ਵੀ ਇਸੇ ਮੈਚ ਵਿੱਚ ਐਮਪਾਇਰ ਡੇਵਿਡ ਬੂਮ ਕੋਲ ਜਸਪ੍ਰੀਤ ਬੁਮਰਾਹ ਅਤੇ ਸਿਰਾਜ ਵੱਲੋਂ ਅਜਿਹੀ ਹੀ ਸ਼ਿਕਾਇਤ ਦਰਜ ਕਰਵਾਈ ਗਈ ਸੀ। क्रिकेटर हरभजन सिंह ने भी इस घटना बारे ट्वीट करके टिप्पणी की। उन्होंने लिखा कि मैं खुद ऑस्ट्रेलिया विच खेडन दौरान मैच विच अपने धर्म बारे रंग बारे अते होर बहुत कुछ सुनया है। ये पहली बार नहीं है कि इकट अजिही बेहुदरी करदा होवे, तुसी उन्हां नूं किवें रोक सकदे हो। क्रिकेट नूं जेंटलमैनज गेम भी कहा जाता है, पर बीते कुछ समय तो कई विवादित अते मंदभागियां घटनावां साडे सामने आईयां ने जिसने अंतरराष्ट्रीय खिडारियों की ईमानदारी अते माण ते सवालिया चिन्ह खड़े कर दिते ने। इस घटना तो पहला भी इंग्लैंड के क्रिकेट खिडारी मोइन अली नूं 2015 ऑस्ट्रेलिया के खिडारी वालों सामा कह के संबोधित किया गया सी, जिसका जिक्र उन्होंने अपनी स्वै जीवनी विच भी किया है। Call me Osama, said, you know, take that Osama. And I personally couldn't believe what I'd heard and things like that. And time around, obviously the teammates also knew and stuff like that. And I had decided that we won't pursue it or take it any further because it's obviously my word against the person's word. Ajay Hai Kor Mamla Sade Samne Ayasi Jadu Pakistan de Sarfaraz Ahmed ne Dakhni Afrika de Andre Felukwe nu Kale Keke Sambodit Kita si. ਇਹ ਨਸਲਵਾਦੀ ਟਿੱਪਣੀਆਂ ਸਿਰਫ ਗੋਰੇ ਜਾਂ ਕਾਲੇ ਰੰਗ ਤੱਕ ਹੀ ਸੀਮਿਤ ਨਹੀਂ ਨੇ। ਮੋਇਨ ਦੀ ਤਰ੍ਹਾਂ ਭਾਰਤ ਦੇ ਆਕਾਸ਼ ਚੋਪੜਾ ਵੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੇ ਜਾਣ ਦੀ ਸ਼ਿਕਾਇਤ ਕਰ ਚੁੱਕੇ ਨੇ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਨੂੰ ਜਦੋਂ ਟੈਸਟ ਮੈਚ ਦੇ ਦੌਰਾਨ ਕੁਮਾਰ ਸੰਗਕਾਰਾ ਨੂੰ ਆਊਟ ਕਰਨ ਲਈ ਕੈਚ ਫੜਿਆ ਤਾਂ ਕਮੈਂਟੇਟਰ ਡਿਆਨ ਜੋਨਸ ਨੂੰ ਅੱਤਵਾਦੀ ਨੇ ਇੱਕ ਹੋਰ ਵਿਕਟ ਲੈ ਲਿਆ ਕਹਿੰਦਿਆਂ ਸੁਣਿਆ ਗਿਆ। ਇਹ ਨਸਲਵਾਦ ਸਿਰਫ ਖੇਡ ਦੇ ਮੈਦਾਨਾਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਸ ਨੂੰ ਵੱਖ ਵੱਖ ਮੁਲਕਾਂ ਦੇ ਸਮਾਜ ਇੱਥੋਂ ਤੱਕ ਕਿ ਸਿਆਸਤ ਵਿੱਚ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਦੀ ਸਭ ਤੋਂ ਤਾਜ਼ੀ ਉਦਾਹਰਨ ਅਮਰੀਕਾ ਵਿੱਚ 25 ਮਈ ਨੂੰ ਮਿਨੇਸੋਟਾ ਸੂਬੇ ਦੇ ਪ੍ਰਸਿੱਧ ਸ਼ਹਿਰ ਮਿਨੀਐਪੋਲਿਸ ਵਿੱਚ ਇੱਕ ਗੋਰੇ ਪੁਲਿਸ ਅਫਸਰ ਵੱਲੋਂ ਸਿਆਹ ਫਾਮ ਜਾਰਜ ਫਲਾਇਟ ਦੀ ਹੱਤਿਆ ਹੈ, ਜਿਸ ਦੇ ਮਾਰੇ ਜਾਣ ਦੇ ਵਿਰੋਧ ਵਿੱਚ ਅਮਰੀਕੀ ਨਸਲਵਾਦ ਵਿਰੁੱਧ ਸਾਰੀ ਦੁਨੀਆ ਵਿੱਚ ਇੱਕ ਲਹਿਰ ਉੱਠ ਖੜੀ ਹੋਈ ਸੀ। ਇਸ ਤੋਂ ਇਲਾਵਾ ਅਮਰੀਕਾ ਵਿੱਚ ਇੱਕ ਸਿੱਖ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ। ਅਮਰੀਕਾ ਦੇ ਟੈਕਸਸ ਸੂਬੇ ਵਿੱਚ ਡਿਊਟੀ ਕਰ ਰਹੇ ਸੰਦੀਪ ਸਿੰਘ ਧਾਲੀਵਾਲ ਨੇ ਗੱਡੀ ਨੂੰ ਰੋਕਿਆ ਜਿਸ ਵਿੱਚ ਇੱਕ ਔਰਤ ਅਤੇ ਮਰਦ ਬੈਠੇ ਹੋਏ ਸਨ ਅਤੇ ਉਹਨਾਂ ਵਿੱਚੋਂ ਇੱਕ ਨੇ ਬਾਹਰ ਨਿਕਲ ਕੇ ਬੇਰਹਿਮੀ ਨਾਲ ਘੱਟੋ ਘੱਟ ਉਹਨਾਂ 'ਤੇ 2 ਵਾਰ ਗੋਲੀਆਂ ਚਲਾਈਆਂ ਸਨ। ਇਸ ਤੋਂ ਇਲਾਵਾ ਜੇਕਰ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਵਿੱਚ ਵੀ ਨਸਲਵਾਦ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਨਿਊਜ਼ੀਲੈਂਡ ਵਿੱਚ ਨਿਊਜ਼ੀਲੈਂਡ ਫਸਟ ਪਾਰਟੀ ਦੇ ਮੈਂਬਰ ਸ਼ੇਨ ਜੋਨਸ ਵੱਲੋਂ ਕਈ ਨਸਲੀ ਵਿਤਕਰੇ ਭਰੇ ਬਿਆਨ ਦਿੱਤੇ ਜਾ ਚੁੱਕੇ ਨੇ। ਉਹਨਾਂ ਵੱਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਕਈ ਟਿੱਪਣੀਆਂ ਕੀਤੀਆਂ ਜਾ ਚੁੱਕੀਆਂ ਨੇ। ਉਹਨਾਂ ਨੇ ਭਾਰਤੀਆਂ ਨੂੰ ਕਿਹਾ ਸੀ ਕਿ ਜੇਕਰ ਤੁਹਾਨੂੰ ਨਿਊਜ਼ੀਲੈਂਡ ਦੇ ਕਾਨੂੰਨ ਨਹੀਂ ਪਸੰਦ ਤਾਂ ਤੁਸੀਂ ਅਗਲੀ ਫਲਾਈਟ ਫੜ ਕੇ ਵਾਪਸ ਜਾ ਸਕਦੇ ਹੋ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਇੱਕ ਰੇਡੀਓ ਸਟੇਸ਼ਨ ਵਿੱਚ ਕੰਮ ਕਰਦੇ ਪ੍ਰੈਜੈਂਟਰ ਵੱਲੋਂ ਭਾਰਤੀ ਲੀਡਰ ਦੇ ਖਿਲਾਫ ਮਾੜੀ ਸ਼ਬਦਾਵਲੀ ਵਰਤੀ ਗਈ ਸੀ ਜਿਸ ਕਾਰਨ ਉਸ ਨੂੰ ਅਸਤੀਫਾ ਦੇਣਾ ਪਿਆ ਸੀ। 15 ਮਾਰਚ 2019 ਨੂੰ ਕ੍ਰਾਈਸਟਚਰਚ ਵਿੱਚ ਵਾਪਰੇ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਵੀ ਨਸਲਵਾਦ ਦਾ ਸ਼ਿਕਾਰ ਹੋਣਾ ਪਿਆ। ਨਿਊਜ਼ੀਲੈਂਡ ਵਿੱਚ ਜਨਮੀ ਕੁੜੀ ਨੂੰ ਇੱਕ ਸਟੋਰ ਵਿੱਚ ਨਿਊਜ਼ੀਲੈਂਡ ਵਾਸੀਆਂ ਵੱਲੋਂ ਨਿਊਜ਼ੀਲੈਂਡ ਛੱਡਣ ਲਈ ਕਿਹਾ ਗਿਆ। ਦੱਸ ਦਈਏ ਕਿ ਉਸ ਲੜਕੀ ਦਾ ਭਰਾ ਉਸ ਅੱਤਵਾਦੀ ਹਮਲੇ ਵਿੱਚ ਮਾਰਿਆ ਗਿਆ ਸੀ। ਹਾਲਾਂਕਿ ਨਿਊਜ਼ੀਲੈਂਡ ਦੇ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਮੁਲਕ ਵਿੱਚ ਨਸਲਵਾਦ ਵੱਡੇ ਪੱਧਰ ਤੇ ਨਹੀਂ ਫੈਲਿਆ ਹੋਇਆ, ਪਰ ਫਿਰ ਵੀ ਅਜਿਹੀਆਂ ਘਟਨਾਵਾਂ ਨਿਤ ਹੀ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ।
ਇਸ ਤੋਂ ਇਲਾਵਾ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਐਨਡੀਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਅਤੇ ਉਹਨਾਂ ਦੇ ਭਰਾ ਗੁਰਰਤਨ ਸਿੰਘ ਨੇ ਵੀ ਨਸਲਵਾਦ ਹੱਡੀ ਹੰਡਾਇਆ ਹੈ। ਦਿੱਲੀ ਵਿੱਚ ਦਿਨ ਦਿਹਾੜੇ ਅਰੁਣਾਚਲ ਪ੍ਰਦੇਸ਼ ਦੇ ਇੱਕ ਵਿਦਿਆਰਥੀ ਨੀਡੋ ਤਾਨੀਆ ਨੂੰ ਕੁੱਟ ਕੁੱਟ ਕੇ ਕੁਝ ਦੁਕਾਨਦਾਰਾਂ ਵੱਲੋਂ ਮਾਰ ਦੇਣਾ ਮੁਲਕ ਵਿੱਚ ਨਸਲਵਾਦ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਦਿੱਲੀ ਵਿੱਚ ਉੱਤਰ ਪੂਰਬੀ ਰਾਜਾਂ ਦੇ ਵਿਦਿਆਰਥੀ ਅਤੇ ਹੋਰ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਸੰਬੰਧੀ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਇਹਨਾਂ ਸੂਬਿਆਂ ਦੇ 78% ਲੋਕਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ। ਸੋ ਇਹ ਸਭ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਨਸਲਵਾਦ ਇੱਕ ਅੰਤਰਰਾਸ਼ਟਰੀ ਸਮਾਜਿਕ ਵਰਤਾਰਾ ਹੈ ਜਿਹੜਾ ਵਿਕਸਿਤ, ਪਛੜੇ ਅਤੇ ਵਿਕਾਸਸ਼ੀਲ ਸਾਰੇ ਹੀ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ। ਜਿਵੇਂ ਅਮਰੀਕਾ ਗੋਰਿਆਂ ਅਤੇ ਕਾਲਿਆਂ ਵਿੱਚ ਸਦੀਆਂ ਤੋਂ ਹੀ ਨਸਲਵਾਦ ਜੰਗ ਚੱਲੀ ਆ ਰਹੀ ਹੈ। ਭਾਰਤ ਵਿੱਚ ਧਰਮ ਅਤੇ ਜਾਤ ਦੇ ਆਧਾਰ ਉੱਤੇ ਬਹੁ ਗਿਣਤੀ ਹਿੰਦੂਆਂ ਵੱਲੋਂ ਘੱਟ ਗਿਣਤੀ ਸਿੱਖਾਂ, ਮੁਸਲਮਾਨਾਂ, ਈਸਾਈਆਂ, ਬੋਧੀਆਂ, ਜੈਨੀਆਂ, ਯਹੂਦੀਆਂ ਅਤੇ ਸਮਾਜਿਕ ਤੌਰ 'ਤੇ ਪਿਛੜੇ ਹੋਏ ਦਲਿਤਾਂ ਅਤੇ ਔਰਤਾਂ ਆਦਿ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁ ਗਿਣਤੀ ਮੁਸਲਿਮ ਦੇਸ਼ਾਂ ਅੰਦਰ ਗੈਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਨਸਲੀ ਵਿਤਕਰੇ ਦੇ ਉਭਾਰ ਅਤੇ ਵਿਕਾਸ ਲਈ ਸਿਆਸੀ ਪਾਰਟੀਆਂ ਦੇ ਆਗੂ ਅਤੇ ਸੱਤਾ ਉੱਤੇ ਕਾਬਜ਼ ਸਰਕਾਰਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਭਾਰਤ ਵਿੱਚ ਨਵੰਬਰ 1984 ਵਿੱਚ ਧਰਮ ਦੇ ਆਧਾਰ ਉੱਤੇ ਬਹੁ ਗਿਣਤੀ ਵੱਲੋਂ ਦਿਨ ਦਿਹਾੜੇ ਭਾਰਤ ਪੱਧਰ ਉੱਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। 2002 ਵਿੱਚ ਗੁਜਰਾਤ ਅੰਦਰ ਤਤਕਾਲੀ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਹੋਇਆ ਸੀ। ਮਿਆਂਮਾਰ ਵਿੱਚ ਬੋਧੀਆਂ ਵੱਲੋਂ ਰੋਹਿੰਗਿਆ ਮੁਸਲਮਾਨਾਂ ਦਾ ਕਤਲੇਆਮ ਸਾਹਮਣੇ ਆਇਆ। ਜਰਮਨੀ ਵਿੱਚ ਹਿਟਲਰ ਵੱਲੋਂ ਯਹੂਦੀਆਂ ਦਾ ਕਤਲੇਆਮ ਦਾ ਕਾਰਨ ਵੀ ਨਸਲੀ ਆਧਾਰ ਬਣਿਆ ਸੀ। ਇਹ ਵੱਡਾ ਦੁਖਾਂਤ ਹੈ ਕਿ ਸੱਤਾ ਉੱਤੇ ਕਾਬਜ਼ ਅਤੇ ਭਾਈਚਾਰਿਆਂ ਨੇ ਆਪਣੇ ਦੇਸ਼ ਅਤੇ ਸਮਾਜ ਅੰਦਰ ਸਮਾਜਿਕ ਅਤੇ ਆਰਥਿਕ ਬਰਾਬਰੀ ਦੇ ਸਿਧਾਂਤ ਅਨੁਸਾਰ ਚੱਲਦੇ ਹੋਏ ਸਾਰੇ ਨਾਗਰਿਕਾਂ ਲਈ ਜੀਵਨ ਜਿਉਣ ਲਈ ਬਰਾਬਰ ਦੇ ਅਧਿਕਾਰ ਤੇ ਮੌਕੇ ਦੇਣੇ ਹੁੰਦੇ ਨੇ, ਪਰ ਸੱਤਾ ਉੱਤੇ ਕਾਬਜ਼ਧਾਰੀ ਲੋਕ ਸਭ ਕੁਝ ਉਲਟ ਵਰਤਾਰਾ ਸਿਰਜ ਕੇ ਸਮਾਜ ਅੰਦਰ ਨਫ਼ਰਤ ਦੀ ਭਾਵਨਾ ਪੈਦਾ ਕਰਦੇ ਰਹਿੰਦੇ ਨੇ। ਇਹ ਨਫ਼ਰਤ ਭਰੀ ਭਾਵਨਾ ਖੇਡ ਦੇ ਮੈਦਾਨਾਂ, ਯੂਨੀਵਰਸਿਟੀਆਂ ਦੇ ਸੈਮੀਨਾਰ ਹਾਲਾਂ ਅਤੇ ਲਾਇਬ੍ਰੇਰੀਆਂ ਅਤੇ ਸਮਾਜਿਕ ਖੇਤਰ ਦੇ ਵੱਖ ਵੱਖ ਮੰਚਾਂ ਉੱਤੇ ਆਪਣੇ ਬੀਚ ਖਿਲਾਰਦੀ ਰਹਿੰਦੀ ਹੈ, ਜਿਸ ਕਰਕੇ ਆਏ ਦੇ ਨਸਲਵਾਦੀ ਕਤਲੇਆਮ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਧੰਨਵਾਦ।